ਦੱਸ ਰਹੇ ਹਾਂ ਕਿ ਜੋ ਜਸਪਾਲ ਸਿੰਘ ਇੱਕ 23 ਸਾਲ ਦੇ ਨੌਜਵਾਨ ਨੂੰ ਪੁਲਿਸ ਨੇ CI ਦੇ ਵਿੱਚ ਲਿਆ ਕੇ ਕੁੱਟ ਕੇ ਉਹਨੂੰ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਨਹਿਰ ਦੇ ਵਿੱਚ ਰੋੜ ਦਿੱਤਾ ਗਿਆ। ਜਸਪਾਲ ਸਿੰਘ ਜੋ ਪੰਜਾਬੇ ਪਿੰਡ ਤੋਂ ਸੰਘਰਾਹੂਰ ਆਪਣੇ ਨਾਨਕੇ ਆਇਆ ਹੋਇਆ ਸੀ, ਇੱਥੋਂ ਪੁਲਿਸ ਨੇ ਚੱਕ ਕੇ ਉਹਦੇ ਕੋਈ ਮੁਕੱਦਮਾ ਨਹੀਂ ਹੈਗਾ, ਕੋਈ ਉਹਦਾ ਪੁਰਾਣਾ ਰਿਕਾਰਡ ਕ੍ਰਿਮੀਨਲ ਨਹੀਂ ਹੈਗਾ, ਪਰ ਇਹਦੇ ਬਾਵਜੂਦ ਵੀ ਪੁਲਿਸ ਨੇ ਇੱਕ PCR ਦੇ ਆਧਾਰ 'ਤੇ ਕਿ PCR 'ਤੇ ਫੋਨ ਆਉਂਦਾ ਅਤੇ ਉਸ ਫੋਨ ਤੋਂ ਪੁਲਿਸ ਲਿਜਾ ਕੇ ਚੱਕ ਕੇ ਉਹਨੂੰ ਕੁੱਟਦੀ ਆ ਰਾਤ ਨੂੰ ਅਤੇ ਕਹਾਣੀ ਘੜਦੀ ਹੈ ਕਿ ਉਹਨੇ ਖੁਦਕੁਸ਼ੀ ਕਰ ਲਈ। ਮੰਨ ਲੈਂਦੇ ਹੈ, ਮੰਨ ਲਿਆ ਜਾਂਦਾ ਕਿ ਠੀਕ ਹੈ, ਜੇ ਉਹਨੇ ਖੁਦਕੁਸ਼ੀ ਕੀਤੀ ਹੈ ਉਹਦਾ ਕੋਈ ਸਬੂਤ ਦਿਓ। ਜਦੋਂ ਸਬੂਤ ਮੰਗਿਆ ਜਾਂਦਾ ਤਾਂ ਪੁਲਿਸ ਕਹਿ ਦਿੰਦੀ ਆ ਸਾਡੇ ਕੋਲ ਆ ਕੇ ਤੁਸੀਂ ਦੇਖ ਸਕਦੇ ਹੋ, ਸਾਡੇ ਕੋਲ CCTV ਦੀ ਫੁਟੇਜ ਹੈਗੀ ਹੈ, ਪਰ ਤੁਹਾਨੂੰ ਅਸੀਂ ਤੁਹਾਡੇ ਕੋਲ ਨਹੀਂ ਅਸੀਂ ਦੇ ਸਕਦੇ। ਅਗਲੀ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਉਹਨੇ ਖੁਦਕੁਸ਼ੀ ਕੀਤੀ ਹੈ ਤਾਂ ਉਹਦੀ ਲਾਸ਼ ਨੂੰ ਨਹਿਰ ਦੇ ਵਿੱਚ ਕਿਉਂ ਸੁੱਟਿਆ ਗਿਆ। ਦੂਜੀ ਗੱਲ, CI ਇੰਚਾਰਜ ਨਰਿੰਦਰ ਸਿੰਘ ਸੀਗਾ ਜਿਹੜਾ, ਉਹ ਆਪਦੇ ਗੋਲੀ ਮਾਰ ਕੇ ਕਿਉਂ ਮਰਿਆ, ਕੀ ਉਹ ਮਰਿਆ ਜਾਂ ਉਹਨੂੰ ਵੀ ਮਾਰਿਆ ਗਿਆ, ਬਹੁਤ ਸਵਾਲ ਖੜੇ ਹੁੰਦੇ ਆ ਭਰਾਵੋ। ਅੱਜ 5 ਦਿਨ ਹੋ ਗਏ ਲਗਾਤਾਰ, 5 ਦਿਨ ਹੋ ਗਏ ਲਗਾਤਾਰ ਉਹਦੇ ਸੈਂਕੜੇ ਬੰਦੇ ਜਿਹੜੇ SSP ਦੇ ਦਫ਼ਤਰ ਦਾ ਘਰਾਓ ਕਰੀ ਬੈਠੇ ਹੈ, ਪਰ ਸਰਕਾਰ ਦੇ ਕਿਸੇ ਪੁਲਿਸ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਇੱਥੋਂ ਦਾ ਲੋਕਲ MLA ਫਰੀਦਕੋਟ ਦਾ ਕਿੱਕੀ ਢਿੱਲੋਂ ਸਦੀਕ, ਕੋਈ ਵੀ ਬੰਦਾ ਉੱਥੇ ਉਸ ਪਰਿਵਾਰ ਨਾਲ ਹਮਦਰਦੀ ਜਤਾਉਣ ਵੀ ਨਹੀਂ ਆਇਆ, ਇਨਸਾਫ ਦਿਵਾਉਣ ਦੀ ਦੂਰ ਦੀ ਗੱਲ। ਅੱਜ ਸਾਦਕ ਦੇ ਵਿੱਚ ਬੰਦ ਦਾ ਸੱਦਾ ਸੀਗਾ, ਪਰ ਕਿੱਕੀ ਢਿੱਲੋਂ ਨੇ ਉੱਥੇ ਉਹ ਬੰਦ ਨੂੰ ਫੇਲ ਕਰਾਉਣ ਦੀ ਨੀਤ ਦੇ ਨਾਲ ਆਪਦੇ ਬੰਦਿਆਂ ਨੂੰ ਕਹਿ ਕੇ ਕੋਸ਼ਿਸ਼ ਕੀਤੀ ਕਿ ਬੰਦ ਨੂੰ ਸਫਲ ਨਾ ਹੋਣ ਦਿੱਤਾ ਜਾਵੇ। ਇੱਕ ਪਾਸੇ ਪੂਰੀ ਪੁਲਿਸ ਪ੍ਰਸ਼ਾਸਨ ਦਾ, ਸਿਆਸੀ ਬੰਦਿਆਂ ਦਾ ਜ਼ੋਰ ਲੱਗਿਆ ਹੋਇਆ ਕਿ 29 ਤਰੀਕ ਦਾ ਜਿਹੜਾ ਵੱਡਾ ਇਕੱਠ ਹੈ ਜਸਪਾਲ ਨੂੰ ਇਨਸਾਫ ਦਿਵਾਉਣ ਦੇ ਲਈ, ਉਹ ਇਕੱਠ ਨੂੰ ਫੇਲ ਕੀਤਾ ਜਾਵੇ, ਉਹ ਇਕੱਠ ਹੋਣ ਨਾ ਦਿੱਤਾ ਜਾਵੇ। ਪਰ ਮੈਂ ਆਹ ਜੈਤੋ ਮੰਡੀ 'ਚ ਖੜ੍ਹਾ, ਆਹ ਦੁਕਾਨਾਂ ਦੇ ਵਿੱਚ ਸਾਰੇ ਵੀਰ ਖੜ੍ਹੇ ਨੇ, ਮੇਰੀ ਗੱਲਬਾਤ ਸੁਣਦੇ ਆ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਗੱਲ ਇਕੱਲੇ ਜਸਪਾਲ ਦੀ ਨਹੀਂ ਹੈਗੀ, ਗੱਲ ਆਉਣ ਵਾਲੇ ਸਾਡੇ ਆਹ ਨੌਜਵਾਨ ਜਿਹੜੇ ਮੇਰੇ ਅੱਗੇ ਖੜ੍ਹੇ ਇਹਨਾਂ ਦੀ ਗੱਲ ਹੈ। ਅੱਜ ਇੱਕ ਜਸਪਾਲ ਨੂੰ ਮਾਰਿਆ, ਕੱਲ੍ਹ ਨੂੰ ਕਿਤੋਂ ਵੀ ਪੁਲਿਸ ਕੋਈ ਨਾ ਕੋਈ ਬਹਾਨਾ ਲਾ ਕੇ ਇਹ ਨਸ਼ਾ ਵੇਚਦਾ ਸੀ, ਇਹਦੇ ਕੋਲ ਹਥਿਆਰ ਸੀ, ਜਾਂ ਇਹਦੇ ਗੈਂਗਸਟਰਾਂ ਨਾਲ ਸੰਬੰਧ ਹੈ, ਜਾਂ ਕੋਈ ਨਾ ਕੋਈ ਬਹਾਨਾ ਲਿਜਾ ਕੇ ਮੇਰੇ ਵੀਰੋ ਜਿੱਥੇ ਮਰਜ਼ੀ ਚੱਕ ਕੇ ਪੁਲਿਸ ਲਿਜਾ ਕੇ ਤੁਹਾਨੂੰ ਕੁੱਟ ਕੇ ਮਾਰ ਕੇ ਨਹਿਰ ਸਿੱਟ ਦੇ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਣਾ ਜੇ ਜਸਪਾਲ ਨੂੰ ਇਨਸਾਫ ਨਾ ਮਿਲਿਆ। ਇਸ ਲਈ ਅਪੀਲ ਕਰਦਾ ਕਿ 29 ਤਰੀਕ ਨੂੰ
ਵੱਡੀ ਗਿਣਤੀ ਦੇ ਵਿੱਚ 10 ਵਜੇ ਦਾ ਟਾਈਮ ਹੈ, SSP ਦਫ਼ਤਰ ਦੇ ਅੱਗੇ ਪਹੁੰਚਣਾ। ਉੱਥੋਂ ਤੈਅ ਕਰਾਂਗੇ ਕਿ ਫਰੀਦਕੋਟ ਸ਼ਹਿਰ ਨੂੰ ਜਾਮ ਕਰਨਾ, ਸੜਕਾਂ ਜਾਮ ਕਰਨੀਆਂ, ਜਾਂ ਕੀ ਉੱਥੋਂ ਰਣਨੀਤੀ ਲੀਕਣੀ ਹੈ। 29 ਤਰੀਕ ਨੂੰ ਮੌਕੇ ਦੱਸਿਆ ਜਾਊਗਾ। ਸੋ ਮੈਂ ਅਪੀਲ ਕਰਦਾ ਸਮੁੱਚੀ ਜੱਤੋ ਮੰਡੀ ਦੇ ਲੋਕਾਂ ਨੂੰ, ਆਏ ਦੁਆਏ ਤੋਂ ਆਏ ਹੋਏ ਨੌਜਵਾਨਾਂ ਨੂੰ, ਕਿ ਆਪੋ ਆਪਣੇ ਨਾਲ ਵੱਡੀ ਗਿਣਤੀ ਦੇ ਵਿੱਚ ਤੁਸੀਂ ਟਰੈਕਟਰ ਟਰਾਲੀਆਂ ਭਰ ਕੇ, ਕਿਉਂਕਿ ਨੇੜਲੇ ਹੋ, ਨੇੜਲੇ ਪਿੰਡਾਂ ਦੇ ਆ, ਫਰੀਦਕੋਟ ਦੇ ਨੇੜੇ ਰਹਿ ਜਾਂਦੇ ਹੋ। ਜੇ ਉਹ ਸਾਧਨ ਹੈਗੇ ਨੇ, ਕੋਈ ਟਰੈਕਟਰ ਹੈ, ਟਰਾਲੀ ਹੈ, ਕੋਈ ਗੱਡੀਆਂ ਨੇ, ਮੋਟਰਸਾਈਕਲ, ਬੱਸਾਂ ਰਾਹੀਂ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਭਰਾਓ ਪਹੁੰਚੋ। ਕਿਉਂਕਿ ਇੱਕ ਮਾਂ ਵਿਚਾਰੀ ਉੱਥੇ ਵਿਲਕ ਰਹੀ ਹੈ ਕਿ ਜਿਹਦਾ 22-23 ਸਾਲ ਦਾ ਨੌਜਵਾਨ ਪੁੱਤ ਬੇਕਸੂਰ ਪੁੱਤ ਨੂੰ ਮਾਰ ਦਿੰਦੀ ਹੈ ਪੁਲਿਸ, ਉਹ ਇੰਨੇ ਹੀ ਹਾਲੇ ਕੱਢਦੀ ਹੈ। ਕਹਿੰਦੀ ਮੁਕੱਦਮਾ ਦਰਜ ਹੋਵੇ ਨਾ ਹੋਵੇ, ਇਹਦੇ ਕਾਤਲਾਂ ਨੂੰ ਸਜ਼ਾ ਮਿਲੇ ਨਾ ਮਿਲੇ, ਉਹ ਮੇਰੇ ਪੁੱਤ ਨੂੰ ਮੇਰੀ ਲਾਸ਼ ਹੀ ਦੇ ਦਿਓ, ਮੇਰੇ ਪੁੱਤ ਦੀ ਮੈਨੂੰ ਲਾਸ਼ ਹੀ ਦੇ ਦਿਓ। ਉਹ ਲਾਸ਼ ਹੀ ਦੇਖਣ ਨੂੰ ਦੱਸ ਰਹੀ ਹੈ ਕਿ ਮੈਂ ਉਹਦੇ ਮਰੇ ਹੋਏ ਪੁੱਤ ਦਾ ਮਾੜਾ ਮੋਟਾ ਮੂੰਹ ਹੀ ਦੇਖ ਲਾਂ। ਹਿਰਦਾ ਬਲੂੰਦਿਆ ਜਾਂਦਾ, ਦਿਲ ਬਲੂੰਦਿਆ ਜਾਂ, ਰੋਂਦੀ ਆ ਝੱਲੀ ਨਹੀਂ ਜਾਂਦੀ, ਧਾਹਾਂ ਮਾਰ ਮਾਰ ਰੋਂਦੀ ਆ ਵਿਚਾਰੀ ਆ। ਸੋ ਭਰਾਵੋ, ਇੱਕ ਮਾਂ ਦੀ ਪੁੱਤ ਦਾ ਸਵਾਲ ਨਹੀਂ ਹੈਗਾ, ਇਹ ਸਾਰੇ ਹਜ਼ਾਰਾਂ ਉਹਨਾਂ ਮਾਵਾਂ ਦੇ ਪੁੱਤਾਂ ਦਾ ਸਵਾਲ ਹੈ ਜਿਨ੍ਹਾਂ ਦੀਆਂ ਜ਼ਿੰਦਗੀਆਂ ਅਸੀਂ ਤਬਾਹ ਕਰ ਦੇਣੀਆਂ ਨੇ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਫਰੀਦਕੋਟ ਦੇ ਅੰਦਰ ਇੱਕ ਜਸਪਾਲ ਸਿੰਘ ਗਾਡੀ ਦਾ ਪਿਛਲੇ ਦਿਨ ਕਤਲ ਹੋਇਆ, ਉਸ ਕਤਲ ਦੇ ਸੰਬੰਧ ਨੂੰ ਅੱਜ 6 ਦਿਨ ਤੋਂ SSP ਦਫ਼ਤਰ ਦੇ ਬਾਹਰ ਦੇ ਵਿੱਚ ਧਰਨਾ ਜਾਰੀ ਹੈ। ਔਰ ਉਸ ਧਰਨੇ ਦੇ ਸੰਬੰਧ ਦੇ ਵਿੱਚ ਜੈਤੋ ਦੇ ਵਿੱਚ ਕੈਂਡਲ ਮਾਰਚ ਕਰਨ ਲਈ ਲੱਖਾ ਸਿਧਾਣਾ, ਜੋ ਕਿ ਇੱਕ ਯੋਧਾ, ਜੈਤੋ ਦੇ ਵਿੱਚ ਪਹੁੰਚਿਆ। ਸੋ ਮੈਂ ਪੱਤਰਕਾਰ ਹੋਕਰ ਮੁਦਾਸੀਆ, ਕੈਮਰਾਮੈਨ ਉਹ ਵੀ ਜਿੰਦਾ ਜੈਤੋ।